ਕੀ ਨਾਮ ਤੁਹਾਡਾ? ਅਲਕਾ ਰਾਣੀ। ਅਲਕਾ ਜੀ, ਕੀ ਹੋਇਆ ਸੀ ਜਿਹੜੀ ਤੁਹਾਡੀ ਵਾਰਦਾਤ ਤੁਹਾਡੇ ਨਾਲ ਹੋਈ ਹੈ ਲੁੱਟ ਦੀ? ਕੀ ਪੂਰਾ ਮਾਮਲਾ ਹੈ, ਕਿਸ ਤਰ੍ਹਾਂ ਹੋਇਆ ਸੀ? ਸਰ, ਅਸੀਂ ਇੱਥੋਂ ਜਾਂਦੇ ਪਏ ਸੀ, ਮੈਂ ਨੰਗਲ ਤੋਂ ਜਾ ਰਹੀ ਸੀ ਮਾਪਿਆਂ ਦੇ ਨਾਲ। ਕੌਣ ਸੀ? ਬ੍ਰਦਰ ਹੀਗਾ ਮੇਰਾ। ਕਾਹਦੇ ਤੇ ਸੀਗੇ? ਆਈ ਸਕੂਟਰੀ ਤੇ ਸੀਗੇ ਜੀ। ਬੇਟਾ ਹੀਗਾ ਮੇਰੇ ਹੱਥ 'ਚ। ਸਰ, ਅਸੀਂ ਜਾਂਦੇ ਪਏ, ਪਾਣੀ ਜਿੱਦਾਂ ਹੀ ਕਰੋਸ ਕੀਤਾ ਹੈ, ਅਸੀਂ ਸਕੂਟਰੀ ਹੌਲੀ ਕਰਤੀ ਸੀ ਵੀ ਪਾਣੀ ਕਰੋਸ ਕਰਦੇ ਨੇ, ਉਹਦੇ ਨਾਲ ਹੀ ਉਹਨਾਂ ਨੇ ਜਿੱਦਾਂ ਹੀ ਸਹੀ ਸਕੂਟਰੀ ਹੌਲੀ ਕੀਤੀ, ਉਹਨਾਂ ਨੇ ਮੋਟਰਸਾਈਕਲ ਮਾਰਤਾ ਪਿਛਲੀ ਸਾਈਡ ਦੇ ਆ ਕੇ। ਕਿੰਨੇ ਜਣੇ ਸੀਗੇ? ਉਹ ਦੋ ਜਣੇ ਸੀਗੇ, ਇੱਕ ਸਰਦਾਰ ਸੀਗਾ, ਇੱਕ ਮੋਨਾ ਸੀਗਾ। ਮੂੰਹ ਬੰਨੇ ਸੀਗੇ, ਨੰਗੇ ਸੀਗੇ? ਇਹ ਅਗਲੇ ਦਾ ਜਿਹੜਾ ਮੂੰਹ ਮੇਰੇ ਭਰਾ ਨੇ ਖੋਲਿਆ ਸੀਗਾ, ਖੋਲਤਾ ਸੀਗਾ ਹੱਥ ਮਾਰ ਕੇ, ਉਹਦਾ ਰੁਮਾਲ ਥੱਲੇ ਹੋ ਗਿਆ, ਪਿਛਲੇ ਨੇ ਪੂਰਾ ਕਵਰ ਕੀਤਾ ਸੀ ਮੂੰਹ। ਅੱਛਾ, ਫਿਰ ਉਸ ਤੋਂ ਬਾਅਦ? ਫਿਰ ਉਹ ਤੋਂ ਬਾਅਦ ਉਹਨਾਂ ਨੇ ਡਾਂਟ ਕੱਢਿਆ ਭਰਾ ਦੀ ਬਾਂਹ 'ਤੇ ਮਾਰਿਆ, ਅਤੇ ਸਕੂਟਰੀ ਸਾਡੀ ਥੱਲੇ ਸੁੱਟਤੀ ਹੈ, ਭਰਾ ਨੀਚੇ ਆ ਗਿਆ, ਮੁੰਡਾ ਖਿੱਚ ਲਿਆ ਉਹਨਾਂ ਨੇ, ਮੁੰਡਾ ਰੋਡ 'ਤੇ ਸੁੱਟ। ਤੁਹਾਡੇ ਹੱਥ 'ਚ ਹੀ ਮੁੰਡਾ? ਹਾਂਜੀ, ਮੇਰੀ ਗੋਦੀ 'ਚ। ਕਿੰਨੇ ਸਾਲ ਦਾ ਸੀ? ਇਹ 4 ਸਾਲ ਦਾ ਹੈ। ਅੱਛਾ। ਮੈਂ ਗੋਦੀ 'ਚ ਪਾਇਆ ਸੀ, ਖਿੱਚ ਕੇ ਥੱਲੇ, ਮੂੰਹ ਭਰ ਪਿਆ ਮੁੰਡਾ, ਫਿਰ ਉਹਨਾਂ ਨੇ ਮੇਰੀ ਕੰਨਾਂ ਨੂੰ ਹੱਥ ਪਾਇਆ, ਮੇਰੀਆਂ ਬਾਲੀਆਂ ਖੋਲ੍ਹਣੀਆਂ, ਫਿਰ ਉਹਨਾਂ ਨੇ ਨਾਲ ਹੀ ਪਰਸ ਨੂੰ ਡਾਂਟ ਨਾਲ ਵੱਢ ਕੇ ਉੱਪਰਲੀ ਤਣੀ ਉਹ ਪਰਸ ਲੈ ਗਏ। ਉਹ ਤੋਂ ਬਾਅਦ ਉਹਨਾਂ ਨੇ ਜਾਣ ਲੱਗਿਆ ਮੇਰੇ ਭਰਾ ਦੀ ਲੱਤ 'ਤੇ ਵੀ ਡਾਂਟ ਮਾਰਿਆ, ਅਤੇ ਉਹ ਤੋਂ ਬਾਅਦ ਚਲੇ ਗਏ, ਅਸੀਂ ਮਗਰ ਨੱਠੇ ਹਾਂ, ਕੋਈ ਪਤਾ ਨਹੀਂ ਚੱਲਿਆ ਵੀ ਕਿੱਧਰ ਨੂੰ ਗਏ ਆ, ਕਿੱਧਰ ਨੂੰ ਨਹੀਂ ਹੈ, ਪਰ ਇਹ ਵਾਪਸੀ ਉਹ ਨੰਗਲ ਵਾਲੀ ਸਾਈਡ ਨੂੰ ਮੁੜਿਆ, ਬਲਡੇ ਨੂੰ ਨਹੀਂ ਗਏ। ਲਗਭਗ ਕਿੰਨੇ ਕੁ ਦਾ ਸਮਾਨ ਸੀ ਜਿਹੜਾ ਤੁਹਾਡਾ ਉਹਨਾਂ ਨੇ ਖੋਇਆ? ਸਰ, ਮੇਰਾ ਮੰਗਲ ਸੂਤਰ ਆ, ਬਾਲੀਆਂ ਸੀਗੀਆਂ ਸਰ, ਵਿੱਚ ਬਾਕੀ ਵੀ ਸਮਾਨ ਸੀਗਾ, ਕੈਸ਼ ਵੀ ਹੈਗਾ, 10 ਕੁ ਹਜ਼ਾਰ ਰੁਪਇਆ ਮੰਗਲ ਸੂਤਰ ਸੋਨੇ ਦਾ ਸੀਗਾ। ਹਾਂਜੀ ਹਾਂਜੀ। ਅਤੇ ਉਸ ਤੋਂ ਬਾਅਦ ਤੁਸੀਂ ਪੁਲਿਸ ਕੰਪਲੇਂਟ ਕਰਾਈ? ਹਾਂਜੀ ਹਾਂਜੀ, ਹਾਜੀਪੁਰ ਥਾਣੇ 'ਚ ਕੰਪਲੇਂਟ ਕਰਾਈ ਸੀ, ਸ਼ੁੱਕਰਵਾਰ ਨੂੰ ਸਾਡੇ ਨਾਲ 3:15 ਹੋਇਆ ਇੱਦਾਂ, ਸ਼ਨੀਵਾਰ ਨੂੰ ਅਸੀਂ ਕੰਪਲੇਂਟ ਲਿਖਾਈਏ ਸਵੇਰੇ। ਮੈਡਮ, ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਵੀ ਸਾਡਾ ਹੱਲ ਕੀਤਾ ਜਾਏ, ਜਿਹੜੇ ਚੋਰ ਨੇ ਇਹਨਾਂ ਨੂੰ, ਅਸੀਂ ਬਾਹਰ ਤਾਂ ਨਿਕਲਣ ਜੋਗੇ ਨਹੀਂ ਰਹੇ, ਅਸੀਂ ਵਾਰ ਵਾਰ ਉੱਧਰ ਜਾਂਦੇ ਹਾਂ, ਹੁਣ ਮਾਪਿਆਂ ਦੇ ਵੀ ਆਉਣਾ, ਸਹੁਰਿਆਂ ਦੇ ਵੀ ਆਉਣਾ, ਅਤੇ ਸਾਨੂੰ ਇਸ ਰਸਤੇ 'ਤੇ ਬਿਲਕੁਲ ਡਰ ਹੈ ਵੀ ਨਹੀਂ ਆ ਸਕਦੇ। ਬਿਹਾਲਾ ਤੋਂ ਇੱਕ ਜਿਹੜਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਕੀ ਹੈ ਪੂਰਾ ਮਾਮਲਾ? ਹਾਂਜੀ ਸਰ, ਅਲਕਾ ਹੈਗੀ, ਅਲਕਾ ਨਾਮ ਦੀ ਕੁੜੀ ਹੈ, ਮੋਹਨ ਸਿੰਘ ਦੇ ਘਰ ਵਾਲੀ ਹੈ, ਨੰਗਲ ਬਿਹਾਲਿਆਂ ਤੋਂ। ਇਹਦਾ ਬ੍ਰਦਰ ਹੈਗਾ ਬਲੇ ਤੋਂ, ਆਪਣੇ ਬ੍ਰਦਰ ਨਾਲ ਆਪਣੇ ਬੱਚੇ ਨਾਲ ਜਾ ਰਹੀ ਸੀ ਐਕਟਿਵਾ ਦੇ ਉੱਤੇ, ਜਦੋਂ ਬਾਠਾਂ ਦੇ ਬਾਠਾਂ ਤੋਂ ਅੱਗੇ ਲੰਘੇ ਆ, ਜੰਗਲੀ ਏਰੀਆ ਪੈਂਦਾ ਉੱਥੇ, ਉੱਥੋਂ ਦੋ ਮੁੰਡੇ ਆਏ ਲਟੇਰੇ, ਉਹਨਾਂ ਦਾ ਗਹਿਣੇ ਆ ਅਤੇ ਬਸ ਹੋ ਕੇ ਚਲ ਗਏ ਆ। ਅਸੀਂ ਤਫਤੀਸ਼ ਕਰ ਰਹੇ ਹਾਂ, ਬਾਕੀ CCTV ਕੈਮਰੇ ਵੀ ਦੇਖ ਰਹੇ ਹਾਂ। ਜਿਹੜੇ ਮਦਈ ਉਹਨਾਂ ਦੇ ਕਹਿਣਾ ਸੀ ਵੀ ਉਹਨਾਂ ਦੇ ਕੋਲ ਹਥਿਆਰ ਸੀਗੇ? ਹਾਂ, ਇਹਨਾਂ ਦੇ ਕਹਿਣ ਮੁਤਾਬਕ ਉਹ ਕਹਿੰਦੇ ਦਾਤਰ ਸੀਗਾ ਉਹਨਾਂ ਕੋਲ, ਦਾਤਰ ਨਾਲ ਲੜਾਇਆ। ਇੱਕ ਛੋਟਾ ਬੱਚਾ ਵੀ ਸੀ ਨਾਲ ਉਹਨਾਂ ਦੇ, ਦੱਸੇ ਕਿ ਉਹ ਵੀ ਜ਼ਖਮੀ ਹੋਇਆ ਇਸ ਮਾਮਲੇ ਵਿੱਚ? ਹਾਂ, ਬੱਚੇ ਦਾ ਵੀ ਦੱਸਿਆ ਨਾ, ਬੱਚੇ ਨੂੰ ਨਾਲ ਲੈ ਕੇ ਆਪਣੇ ਭਰਾ ਦੀ ਸਕੂਟਰੀ 'ਤੇ ਬੈਠੇ ਸੀਗੇ ਇਹ, ਇਹਨਾਂ ਤਿੰਨਾਂ ਨੂੰ ਪਿੱਛੋਂ ਟੱਕਰ ਮਾਰੀ ਆ, ਇਹਨੇ ਸਕੂਟਰੀ ਡੱਪੀ ਆ, ਅਤੇ ਇੱਕ ਮੁੰਡਾ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਮੋਟਰਸਾਈਕਲ ਉੱਤੇ ਰਿਹਾ ਸਟਾਰਟ ਕਰਕੇ, ਦੂਜਾ ਮੁੰਡਾ ਜਿਹੜਾ ਸੀਗਾ ਉਹਨਾਂ ਨੂੰ ਰਾਤ ਨੂੰ ਲੰਘਾ ਕੇ, ਇਹਨਾਂ ਦੀਆਂ ਬਾਲੀਆਂ ਅਤੇ ਮੰਗਲ ਸੂਤਰ ਵਗੈਰਾ ਅਤੇ ਇੱਕ ਪਰਸ ਸੀਗਾ, ਉਹ ਵੀ ਚੱਲ ਗਏ ਆ।